और देखो मेरे नाल चरणजीत जी खड़े ने, असं मोजपुरा बाजार जाए सा। मोजपुरा बाजार के बेचे जे 1947 तो पहले सारा मुस्लिम एरिया सीगा, ते पाकिस्तान नूं मिंट कुमरी तो आए से चरणजीत जी, जिले चार वरिया के सीगे, चार वरिया ते जिले तुसी आए सा, ते फिर थोड़े किन्ने भरा सन? होर छे भरा, पंज गुजर गए, पंज गुजर गए, तुसा जाने के इकल्ले रह गए। पहना किन्ने सन? हां पहना 300, तिन्ने गुजर गए, तिन्ने गए। तुसा जाने के अज सैल कर रहे सी इथे? चल ਤੁਹਾਡੇ ਫਿਰ ਇਹ ਅਦਾ ਕਰਦਾ, ਤੁਹਾਡਾ ਫਿਰਦਾ ਹੈ ਮੰਗੇ ਛੋਟੇ ਸੀ ਤੇ ਕਿੰਨੇ ਪੈਸੇ ਮਿਲਦੇ ਸੀ ਖਰਚਣ ਲਈ? 1 ਰੁਪਏ 10 ਨਾ 20 ਇੱਕ ਆਨਾ ਜੀ, ਇੱਕ ਆਨਾ ਮਿਲਦਾ। ਇੱਕ ਆਨੇ ਕੀ ਕੀ ਆ ਜਾਂਦਾ ਸੀ? ਉਹ ਬੜਾ ਟਾਈਮ ਸੀ, ਬੜਾ ਵਧੀਆ ਮੋਰੀਆ ਪੈ ਫਿਰ ਵੇਖਦੇ ਰਹੇ ਸੀ। ਮੋਰੀਆ ਪੈਸਾ ਹੁੰਦਾ? ਨੌ ਲੱਕੇ ਲਿਖੀ ਮੋਰੀਆ, ਮੋਰੀਆ ਪੈ ਟੇ ਫਿਲਮ ਦੇਖਦੇ ਸੀ? ਹਾਂ। ਕਿਹੜੀ ਕਿਹੜੀ ਫਿਲਮ ਦੇਖੀ ਉੱਥੇ? ਸਭ ਜਿਹੜੀ ਲੱਗੀ ਸੀ ਮੁਝੇ, ਜਿੰਨੇ ਦੇ ਬਹੁਤ ਵੇਖੀ। ਅੱਛਾ, ਫਿਲਮਾਂ ਪੂਰੀਆਂ ਦੇਖੀਆਂ? ਹਾਂ। ਤੇ ਵੀ ਤੁਸੀਂ ਕੁੜਤਾ ਪਜਾਮਾ ਪਾ ਕੇ ਜਾਂਦੇ ਜਾਂ ਪੈਂਟ ਸ਼ਰਟ ਪਾਉਂਦੇ ਸੀਗੇ? ਹਰ ਕੱਪੜਾ ਪਾ ਲਿਆ। ਅੱਛਾ ਅੱਛਾ ਅੱਛਾ। ਆ ਜਿਹੜਾ ਤੁਹਾਨੂੰ ਘਰ ਮਕਾਨ ਅਲਾਟ ਹੋਇਆ ਸੀ ਇਹ ਮੁਸਲਮਾਨਾਂ ਦੀ? ਇਹ ਇਹ ਮੁੱਲ ਹੈ 25 ਲੱਖ ਦਾ। ਹਾਂਜੀ 25 ਲੱਖ ਦਾ ਲਿਆ। ਅੱਛਾ, ਤੁਹਾਨੂੰ ਉੱਥੋਂ ਮਿਲਿਆ ਨਹੀਂ ਹੈਗਾ? ਬਦਲੇ 'ਚ ਨਹੀਂ ਮਿਲਿਆ ਹੈਗਾ? ਨਾ। ਅੱਛਾ ਅੱਛਾ। ਉਹ ਅਸੀਂ ਵੇਚਤਾ ਸੀ 2 ਲੱਖ, 2 ਲੱਖ 30 ਹਜ਼ਾਰ ਦਾ ਵੇਚਿਆ ਸੀ। ਅੱਛਾ ਅੱਛਾ ਅੱਛਾ। ਉੱਥੇ ਇਤਰਾਮ ਹੈ ਆਪਣੇ ਗੁਰਦੁਆਰੇ, ਪਾਟਣੇ ਗੁਰਦੁਆਰੇ। ਅੱਛਾ, ਪਾਟਣੇ ਗੁਰਦੁਆਰੇ। ਉੱਥੇ ਮਿਲਿਆ ਤੁਹਾਨੂੰ? ਉਹ ਵੇਚ ਕੇ ਇੱਥੇ ਲੈ ਲਿਆ ਫਿਰ? ਹਾਂ ਹਾਂ। ਫਿਰ ਤੇ ਹੁਣ ਜਾਣੀ ਕਿ ਉਹ ਵੇਲਾ ਕਿਹੋ ਜਿਹਾ ਸੀ ਜਿਹੜਾ ਪਾਕਿਸਤਾਨ ਤੋਂ ਆਇਆ? ਉਹ ਕੀ ਸਾਦਾ ਸੀ ਕੀ ਪਤਾ। ਅੱਛਾ, ਚਾਰ ਸਾ ਪਾਪਾ ਜੀ ਨੇ ਕੋਈ ਗੱਲ ਦੱਸੀ ਹੋਣੀ ਕਿਵੇਂ ਕਿੱਦਾਂ ਆਇਆ ਆਪਾਂ ਮਾਰਕੀਟ ਆਈ ਕਿੱਦਾਂ ਹੋਈ? 6 ਭਰਾ ਸੀ, ਟਾਂਗੇ ਚਲਾਉਂਦੇ ਭਰਾ ਸਾਰੇ। ਟਾਂਗੇ ਚਲਾਉਂਦੇ ਸੀ? ਹਾਂ। ਲੁਧਿਆਣੇ ਹੀ? ਨਾ, ਉੱਥੇ ਪਾਕਿਸਤਾਨ। ਹਾਂ, ਟਾਂਗੇ ਲਏ ਆ। ਟਾਂਗੇ ਸੀ ਤੁਹਾਡੇ ਕੋਲ ਪਾਕਿਸਤਾਨ? ਟਾਂਗੇ ਦਾ ਕੰਮ ਸੀਗਾ? ਅੱਛਾ ਅੱਛਾ। ਇੱਥੇ ਫਿਰ ਕਿਹੜਾ ਕਾਰੋਬਾਰ ਕੀਤਾ? ਫਿਰ ਵੱਡਾ ਸੀਮੈਂਟ ਦੀ ਫੈਕਟਰੀ ਬਣਾ ਲਈ ਵੱਡੇ ਨੇ। ਅੱਛਾ। ਉਹਦੇ ਮੁੰਡੇ ਸੈੱਟ ਹੋ ਗਏ। ਅੱਛਾ। ਔਰ ਬਾਕੀ ਗੁਜ਼ਰ ਗਏ ਬਾਕੀ? ਅੱਛਾ ਅੱਛਾ। ਇੱਕ ਰਹਿਣ ਨੂੰ ਮੈਂ ਕੱਲ ਫੇਰ ਨਿਕਲ ਗਿਆ। ਤੇ ਤੁਸੀਂ ਕੀ ਕੰਮ ਕੀਤਾ ਫਿਰ ਆਪਣੇ? ਮੈਂ ਕਾਠੀਆਂ ਨੌਕਰੀ ਕੀਤੀ, ਕਾਠੀਆਂ ਦੀ ਸਾਈਕਲ ਦੀ, ਸਾਈਕਲ ਦੀ ਕਾਠੀਆਂ ਬਣਾਉਂਦਾ ਸੀ। ਸਾਈਕਲ ਦੀਆਂ ਕਾਠੀਆਂ ਬਣਾਉਂਦੇ ਸੀ ਤੁਸੀਂ? ਮੇਰਾ 70 ਵਿਆਹ ਹੈ। ਹਾਂ, 70 ਉਹਦਾ 300 ਰੁਪਏ ਮਹੀਨਾ ਸੀ। ਅੱਛਾ, 300 ਰੁਪਏ ਮਹੀਨਾ ਸੀ ਜਿਹੜਾ 70 ਵਿਆਹ ਹੋਇਆ? ਫਿਰ 3000 ਹੋ ਗਈ। 3000 ਹੋ ਗਈ 70 ਤੋਂ ਬਾਅਦ? ਫਿਰ ਰਿਟਾਇਰ ਹੋਈ ਜਿਹੜਾ ਕੰਮ ਛੱਡਿਆ, ਕਿੰਨੀ ਤਨਖਾਹ ਸੀ? ਮੈਂ ਉਹ ਰਿਟਾਇਰ ਛੱਡਿਆ ਸੀ। ਫਿਰ ਮੁੰਡਾ, ਫਿਰ ਮੇਰੀ ਔਲਾਦ, 3 ਕੁੜੀਆਂ ਨੇ, 3 ਵਿਆਹ ਸੀ, ਮੁੰਡਾ ਵੀ ਵਿਆਹਤਾ ਹੈ। ਅੱਛਾ ਅੱਛਾ। ਪੋਤਾ ਪੋਤੀ, ਪੋਤੀ ਹੋ ਗਈ 10 ਸਾਲ ਦੀ, ਪੋਤਾ 8 ਸਾਲ ਦਾ। ਕਿਉਂ ਤੁਸੀਂ ਘਰ ਇਕੱਲੇ ਰਹਿੰਦੇ ਮੁੰਡੇ ਨਾਲ ਰਹਿੰਦੇ ਹੋ? ਮੁੰਡਾ ਕਿੱਥੇ ਸੇਵਾ ਕਰਦਾ? ਸੇਵਾ ਬੜੀ ਸੇਵਾ। ਵਧੀਆ, ਚੰਗੀ ਗੱਲ ਹੈਗੀ ਆ। ਅੱਛਾ, ਤੁਸੀਂ ਕੋਈ ਤੁਹਾਡੇ ਡੈਡੀ ਨੇ ਕੋਈ ਪਾਪਾ ਜੀ ਨੇ ਗੱਲ ਦੱਸੀ ਹੋਵੇ ਕੋਈ? ਨਾ। ਹਾਂ, ਜਿਹੜੀ ਕੋਈ ਦੱਸੋ ਤੁਹਾਨੂੰ ਚੇਤੇ ਹੋਵੇ ਕੋਈ ਜਿਹੜੇ ਆਏ ਸੀ ਮਾਰਕੀਟ ਆਈ ਹੋਈ? ਓਏ ਮਾਰਕੀਟ ਆਈ, ਟਾਂਗੇ ਸੀ ਨਾ ਆ ਗਏ, ਸਾਡੇ ਇੱਕ ਪੈਦਲ ਰਸਤੇ ਗੁਜ਼ਰ ਰਹੇ ਸੀ। ਅੱਛਾ ਅੱਛਾ ਅੱਛਾ। ਤੁਹਾਡੇ ਛੋਟੀ ਸੀ ਵੱਡੀ? ਛੋਟੀ, ਮੇਰੇ ਤੋਂ ਛੋਟੀ ਸੀ। ਉਹਨੇ ਉਹ ਬਿਮਾਰ ਹੋ ਗਈ। ਅੱਛਾ। ਉਹਨਾਂ ਜੀਤੋ ਸੀ, ਮੇਰਾ ਨਾਮ ਉਹਨੇ ਜੀ ਰੱਖਿਆ। ਅੱਛਾ, ਥੋੜਾ ਚਰਨਜੀਤ ਆ ਤੇ ਜੀਤੋ ਸੀ ਨਾ? ਹਾਂ। ਅੱਛਾ, ਉਹ ਰਸਤੇ 'ਚ ਗੁਜ਼ਰ ਗਏ ਹੈ? ਹਾਂ। ਅੱਛਾ ਅੱਛਾ, ਇਹ ਪਾਕਿਸਤਾਨ ਤੋਂ ਆਏ ਹੈ? ਤੇ ਤੁਸੀਂ ਟਾਂਗੇ 'ਚ ਆਏ ਜਾਂ ਫਿਰ? ਟਾਂਗੇ 'ਚ ਆਏ ਸੀ। ਟਾਂਗੇ 'ਚ ਆਏ ਤੁਸੀਂ ਸਾਰੇ ਜਣੇ, ਸਾਰਾ ਪਰਿਵਾਰ ਹੈ? ਤੇ ਪਹਿਲੇ ਕਿੱਥੇ ਰੁਕੇ ਤੁਸੀਂ? ਇਸਲਾਮਗੰਜ ਸਿੱਧੇ। ਇਸਲਾਮਗੰਜ ਰੁਕੇ ਸਿੱਧੇ? ਤੇ ਉਧਰੋਂ ਵੇਚ ਕੇ ਮਕਾਨ ਤੁਸੀਂ ਇੱਥੇ ਲੈ ਲਿਆ? ਮਕਾਨ ਵੇਚਿਆ 2 ਲੱਖ 30 ਹਜ਼ਾਰ, ਖਰਾਬ ਸੀ ਤੋੜ ਕੇ ਬਣਾਇਆ ਸੀ। ਅੱਛਾ। ਉਹ ਫਿਰ ਉਹ ਟੋਟਾ ਇੱਕ ਸੀ ਟੋਟਾ, ਮੈਂ ਜੂਆ ਖੇਡਦਾ ਸੀ ਬੜਾ। ਛੇ ਬੋਤਲ ਪੀ ਜਾਂਦਾ ਸੀ? ਹੁਣ ਪਵਾ ਨਹੀਂ ਪੀਂਦਾ, 3 ਦਿਨ ਨਾ ਪਵਾ 3 ਦਿਨ ਜੀ ਪੀਂਦੇ। ਪਹਿਲੇ ਦੇਖੋ ਗੱਲਾਂ ਕਿਹੋ ਜਿਹੀਆਂ ਸਨ ਭਾਈ, ਆਪਣੇ ਟਾਈਮ ਦੇ ਯਾਨੀ ਕਿ ਹੀਰੋ ਸੀ ਇਹ, ਨਲੱਕਾ ਸਿਲਮਾ, ਮਨਰੂਆ ਸਿਲਮਾ, ਸਭ ਸੋਸਾਇਟੀ ਕਲਾਸ ਚੜ ਮੈਂ। ਹਾਂ, ਫਿਲਮਾਂ ਦੇਖਣੀਆਂ, ਬੜਕਾ ਮਾਰਨੀਆਂ ਹੈ, ਟਾਈਮ ਦੀਆਂ ਗੱਲਾਂ ਨੇ। ਦੇਖੋ ਟਾਈਮ ਦੀਆਂ ਗੱਲਾਂ ਆਉਂਦੀਆਂ ਨੇ। ਚਰਨਜੀਤ ਜੀ ਧੰਨਵਾਦ, ਇੰਨੀਆਂ ਗੱਲਾਂ ਕਰ ਲਈਆਂ, ਧੰਨਵਾਦ ਤੁਹਾਡਾ।